ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਅਜਨਾਲਾ ਦੇ ਸਾਰੇ ਵਰਕਰਾਂ ਨੇ ਸਾਬਕਾ ਮੈਂਬਰ ਪਾਰਲੀਮੈਂਟ ਰਤਨ ਸਿੰਘ ਅਜਨਾਲਾ ਅਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੁਆਰਾ ਕਰਵਾਈ ਗਈ ਇੱਕ ਪ੍ਰੈਸ ਕਾਨਫਰੰਸ 'ਚ ਹਲਕੇ ਦੇ ਸਾਰੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਸ਼ਵਾਸ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ 'ਚ ਅਕਾਲੀ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਵਰਕਰਾਂ ਨੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਪਿਛਲੇ ਦਿਨ ਜੋ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾਵਾਂ ਨੇ ਅਕਾਲੀ ਦਲ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ, ਇਹ ਕਾਫੀ ਨਿੰਦਾ ਯੋਗ ਹੈ। ਉਧਰ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਤੋਂ ਪਹਿਲਾਂ ਸਾਬਕਾ ਮੈਂਬਰ ਪਾਰਲੀਮੈਂਟ ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੇ ਬੇਟੇ ਨੇ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਚਾਰ ਵਟਾਂਦਰਾ ਨਹੀਂ ਕੀਤਾ। ਸਿੱਧਾ ਹੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ, ਜੋ ਕਿ ਕਾਫੀ ਨਿੰਦਣ ਯੋਗ ਵਾਲੀ ਗੱਲ। ਮੈਂ ਚੇਅਰਮੈਨ ਵਾਈਸ ਚੇਅਰਮੈਨ ਕੋਆਪਰੇਟ ਬੈਂਕ ਅੰਮ੍ਰਿਤਸਰ ਦਾ ਜੀ। ਅਸੀਂ ਅੱਜ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ ਹਾਂ, ਅਜਨਾਲੇ ਹਲਕੇ ਦੀ ਜੋ ਸੀਸੀ ਚੱਲਣ ਡਈ ਆ ਉਹਦੇ ਸੰਬੰਧ ਵਿੱਚ, ਜੋ ਕਿ ਅਸੀਂ ਸਾਰੇ ਹੀ ਜਿੰਨੇ ਵਰਕਰ ਅੱਜ ਆਏ ਨੇ, ਅਹੁਦੇਦਾਰ ਆਏ ਨੇ, ਪਾਰਟੀ ਦੇ ਚੇਅਰਮੈਨ ਸਾਹਿਬ ਵੀ ਆਏ ਨੇ, ਡਾਇਰੈਕਟਰ ਵੀ ਆਏ, ਸ਼੍ਰੋਮਣੀ ਕਮੇਟੀ ਪ੍ਰਧਾਨ ਆਏ ਨੇ, ਸਰਪੰਚ ਆਏ ਨੇ, ਮੈਂਬਰ ਆਏ ਨੇ, ਸਾਰੇ ਅਸੀਂ ਸਾਧ ਸੁਖਬੀਰ ਸਿੰਘ ਦੀ ਗਵਾਹੀ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਚਟਾਨ ਵਾਂਗ ਖੜ੍ਹੇ ਹਾਂ। ਉਹ ਸਾਨੂੰ ਜੋ ਵੀ ਹੁਕਮ ਲਾਉਣਗੇ, ਸਿਰ ਮੱਥੇ ਅਸੀਂ ਪਾਰਟੀ ਦੀ ਸੇਵਾ ਕਰਨੀ ਆ ਅਤੇ ਪਾਰਟੀ ਸਾਡੀ ਜਨਾਲੇ ਹਲਕੇ ਚੜ੍ਹਦੀ ਕਲਾ 'ਚ ਰਹੂਗੀ। ਜਿਹੜਾ ਵੀ ਪਾਰਟੀ ਸਾਡੀ 'ਚੋਂ ਬਿਖਰ ਕੇ ਗਿਆ ਵਾ, ਇਹ ਪੁਰਾਣਾ ਰਿਕਾਰਡ ਹੈ, ਕੁਲਦੀਪ ਸਿੰਘ ਜੀ ਵਡਾਲਾ ਵੇਖ ਲਓ ਜੀ, ਉਹ ਵੀ ਸਾਡਾ ਟੋਹਰਾ ਸਾਹਿਬ ਵੀ ਪਹਿਲਾਂ ਨਾਰਾਜ਼ ਰਹੇ, ਉਹ ਵੀ 20 ਸਾਲ ਕਿੱਦਾਂ ਚੱਲਦੇ ਰਹੇ। ਪਾਰਟੀ ਤੋਂ ਬਗੈਰ ਕੋਈ ਵਰਕਰ ਜਾਂ ਕੋਈ MLA ਕਿਸੇ ਦੀ ਕੋਈ ਕੀਮਤ ਨਹੀਂ ਹੈਗੀ। ਪਾਰਟੀ ਤੋਂ ਬਗੈਰ ਅਸੀਂ ਕਿਹੇ ਜੋਗੇ ਨਹੀਂ। ਸਾਰੇ ਹੀ ਵਰਕਰ ਜਿੰਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਚਟਾਨ ਵਾਂਗ ਖੜ੍ਹੇ, ਜੋ ਵੀ ਹੁਕਮ ਲਾਉਣਗੇ। ਮੇਨ ਮਕਸਦ ਇਹੋ, ਜੋ ਇਹ ਕਸਮਾਂ ਚੱਲਣ ਡੇ ਸੀ, ਉਹ ਅਸੀਂ ਜੋ ਪਿਕਚਰ ਆ ਜਿਹੜੀ ਬਿਲਕੁਲ ਕਲੀਅਰ ਕਰਤੀ ਆ ਵੀ ਇਹ ਜਿਹੜੀ ਆ ਅਜਨਾਲੇ ਦੀ ਸੀਟ ਆ ਜਾਂ ਅਜਨਾਲੇ ਦੇ ਅਕਾਲੀ ਦਲ ਦੇ ਵਰਕਰ ਨੇ, ਸਰ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜੇ ਨੇ। ਜੋ ਵੀ ਸਾਨੂੰ ਹੁਕਮ ਲਾਉਣਗੇ, ਜਿਹੜਾ ਵੀ ਕੈਂਡੀਡੇਟ ਦੇਣਗੇ, ਜਿਹੜਾ ਵੀ ਉਮੀਦਵਾਰ ਸਾਨੂੰ ਭੇਜਣਗੇ, ਸਾਨੂੰ ਮਨਜ਼ੂਰ ਹੈ। ਅਸੀਂ ਪਰਿਵਾਰ ਨੂੰ ਪਾਰਟੀ ਨੇ ਬਹੁਤ ਮਾਣ ਦਿੱਤਾ ਹੈ, ਮੇਰੇ ਮਤਲਬ ਇਹ ਹੈ ਕਿ ਅੱਜ ਜੋ ਉਹਨਾਂ ਵੱਲੋਂ ਪਾਰਟੀ ਹਾਈਕਮਾਂਡ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ, ਉਹਦੇ ਬਾਰੇ ਤੁਹਾਡੇ ਕੀ? ਅਸੀਂ ਜੀ ਇਸ ਨੁਕਤਾਚੀਨੀ ਬਾਰੇ ਵੀ ਜਨਾਲਾ ਪਰਿਵਾਰ ਨਾਲ ਵੀ ਗਿਆ, ਵੇਖੋ ਵਧੀਆ ਪਰਿਵਾਰ ਹੈ, ਜਿਹਨਾਂ ਵਰਤੇ ਹੋਈਏ ਚੰਗਾ ਮਾੜਾ ਨਹੀਂ ਕਹਿਣਾ ਚਾਹੀਦਾ, ਪਰ ਉਹਨਾਂ ਨੇ ਸਾਡੀ ਸੁਣੀ ਨਹੀਂ ਜੀ। ਪਹਿਲੀ ਤਾਂ ਸਾਡੀ ਕੋਈ ਸਲਾਹ ਨਹੀਂ ਲਈ ਇਸ ਮਸਲੇ 'ਚ, ਫਿਰ ਵੀ ਅਸੀਂ ਸਾਰੇ ਜਾਣੇ ਜਿਹੜੇ ਅਹੁਦੇਦਾਰ ਸਾਂ ਅਜਨਾਲਾ ਪਰਿਵਾਰ ਕੋਲ ਗਏ ਹਾਂ। ਡਾਕਟਰ ਸਾਹਿਬ ਕੀ ਗੱਲ ਹੋ ਗਈ, ਆਪਾਂ ਘਰ ਬਹਿ ਕੇ ਕੋਈ ਗੱਲ ਕਰ ਸਕਦੇ ਹਾਂ, ਹਾਈ ਕਮਾਂਡ ਨਾਲ ਕਰ ਸਕਦੇ ਹਾਂ, ਅਸੀਂ ਤੁਹਾਡੇ ਨਾਲ ਜਾਵਾਂਗੇ, ਪਰ ਉਹਨਾਂ ਸਾਨੂੰ ਇਹ ਕੋਈ ਗੱਲ ਨਹੀਂ ਪੁੱਤ, ਕੋਈ ਗੱਲ ਨਹੀਂ, ਸਾਰਾ ਕੁਝ ਸਹੀ ਹੋ ਜਾਣਾ, ਸਾਡੇ ਪੁੱਛੋਂ ਬਗੈਰ ਸਾਰਾ ਕੁਝ ਹੋਇਆ ਜੀ। ਸਾਨੂੰ ਕੋਈ ਉਹਨਾਂ ਆਪਣੇ ਆਪ ਵਿਸ਼ਵਾਸ 'ਚ ਨਹੀਂ ਲਿਆ। ਜੋ ਵੀ ਉਮੀਦਵਾਰ ਹੋਏਗਾ ਚੜ੍ਹਦੀ ਕਲਾ ਨਾਲ ਜਿੱਤੂਗਾ ਜੀ, ਅਜਨਾਲੇ ਹਲਕੇ 'ਚੋਂ ਬਿਲਕੁਲ ਚੜ੍ਹਦੀ ਕਲਾ ਜਿੱਤੂਗਾ, ਜਿਤਾ ਕੇ ਕਲਾਵਾਂ, ਪੂਰੀ ਲੀਡਰ ਦੇ ਨਾਲ ਉਮੀਦਵਾਰ ਜਿੱਤੇਗਾ ਜੀ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ। ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।